ਤੁਸੀਂ ਸਟੇਜ ਦੇ ਉੱਤੇ ਗਏ ਉਹ ਵੱਤ ਤੁਹਾਨੂੰ ਲੱਗਦਾ ਵੀ ਇਹ ਮਾਮਲਾ ਤੁਹਾਡੇ ਨਾਲ ਸੌਟ ਆਊਟ ਹੋ ਜੂਗਾ ਪਰਸਨਲ ਧਰਨਾ ਚੱਕਿਆ ਜਾਊਗਾ ਜਿਵੇਂ ਲੋਕ ਕਹਿ ਰਹੇ ਵੀ ਧਰਨਾ ਸੀ ਨਹੀਂ ਚੱਕਣਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਲੋਕ ਖੜੇ ਕਰ ਰਹੇ ਨੇ ਕੀ ਪੁਲਿਸ ਪ੍ਰਸ਼ਾਸਨ ਵਾਕਈ ਹੀ ਸੰਜੀਦਾ ਹੈਗਾ ਹੈ ਇਸ ਮਾਮਲੇ ਨੂੰ ਲੈ ਕੇ ਕਿ ਨਹੀਂ ਗਰਵਾਖ ਦੀ ਗੱਲ ਕਰਾਂ ਤਾਂ ਪਿਛਲੇ ਡੇਢ ਮਹੀਨੇ ਦੀ ਫਿਕਰਵਾ ਉਥਰ ਹੰਸਤਾ ਕਿ 100 ਤੋਂ ਜ਼ਿਆਦਾ ਪਰਚੇ ਐਸੀ ਦਰਜ ਕੀਤੇ ਬਹੁਤ ਸਾਰੇ ਪਿੰਡਾਂ ਜੇ ਅਸੀਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰਦੇ ਆਂ ਛੋਡੇ ਮਾਨਸਾ ਜ਼ਿਲ੍ਹੇ ਦੀ ਕਰਦੇ ਉੱਥੇ ਲੋਕ ਕਮੇਟੀ ਵਾਲੇ ਕਹਿ ਰਹੇ ਹੈ ਵੀ ਪੁਲਿਸ ਉਸ ਹਸਾਬ ਦੇ ਨਾਲ ਸਾਡੇ ਨਾਲ ਆਪਰੇਟ ਨਹੀਂ ਕਰ ਰਹੀ ਪੁਲਿਸ ਸਾਡੇ ਨਾਲ ਨਹੀਂ ਜਾਵੇ ਤੁਹਾਨੂੰ ਲੱਗਦਾ ਵੀ ਹੈਲਪਲਾਈਨ ਨੰਬਰ ਹੋਣੇ ਚਾਹੀਦੇ ਆ ਉਹੋ ਜਿਹਾ ਸਿਸਟਮ ਹੋਣਾ ਚਾਹੀਦਾ ਵੀ ਪਿੰਡ ਦੇ ਪੰਜ ਬੰਦੇ ਸਿੱਧੇ ਐਸ ਐਚਓ ਨਾਲ ਜਾਂ ਏ ਐਸ ਆਈ ਨਾਲ ਸੰਪਰਕ ਕਰਨ ਦੇ ਪਰਿਵਾਰ ਨੇ ਨਿਜੀ ਤੌਰ ਤੇਤੇ ਕਈ ਅਫਸਰਾਂ ਦਾ ਨਾਮ ਲੈ ਕੇ ਖਾਸ ਕਰਕੇ ਐਸਐਚਓ ਦਾ ਐਸਐਸਆਈ ਦਾ ਨਾਮ ਲੈ ਕੇ ਉਹਨਾਂ ਨੇ ਕਿਹਾ ਵੀ ਸਾਡੇ ਮੁੰਡੇ ਨੂੰ ਟਾਰਚਰ ਕੀਤਾ ਥਰਡ ਡਿਗਰੀ ਕੀਤਾ ਕਰੰਟ ਲਾਇਆਗਾ ਤੇ ਉਹ ਸਿੱਧੇ ਸਿੱਧੇ ਮੈਡੀਕਲ ਵਾਲਿਆਂ ਨਾਲ ਇਨਵੋਲਵ ਬਨੇ ਰਿਸ਼ਵਤ ਲੈਂਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਰਿਸ਼ਵਤ ਕੋਰੀ ਚੱਲਦੀ ਆ ਮੈਡੀਕਲ ਵਾਲਿਆਂ ਨਾਲ ਪੁਲਿਸ ਵਾਲੇ ਮਿਲੇ ਵਾ ਉਸ ਨੂੰ ਲੈ ਕੇ ਤੁਸੀਂ ਬੈਕਐਂਡ ਤੇ ਕਰ ਰਿਹਾ ਤੁਹਾਡਾ ਡਿਪਾਰਟਮੈਂਟ ਜਾਂ ਸੀਜੀਡੀ ਕੁਝ ਕਰ ਰਹੀ ਹੈ ਵਰਕ ਵੀ ਹਾਂ ਵੀ ਜੇ ਆਪਣਾ ਬੰਦਾ ਕੋਈ ਇਦਾਂ ਦਾ ਕੰਮ ਕਰ ਰਿਹਾ ਬਦਨਾਮ ਕਰ ਰਿਹਾ ਸਾਰੀ ਪੁਲਿਸ ਮਹਿਕਮੇ ਦੇ ਉੱਤੇ ਜੀ ਕਾਰਵਾਈ ਕਰਾਂਗੇ ਸਸ਼ੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਬਹੁਤ ਸਾਰੀਆਂ ਦਿੱਕਤਾਂ ਆ ਰਹਿਣਾਂਗੀਆਂ ਨਸ਼ੇ ਨੂੰ ਲੈ ਕੇ ਜਿੱਥੇ ਪਿੰਡਾਂ ਦੇ ਵਿੱਚ ਇੱਕ ਪਾਸੇ ਐਂਟੀ ਡਰੱਗ ਮੁਹਿੰਮ ਚੱਲ ਰਹੀ ਆ ਲੋਕਾਂ ਨੇ ਆਪੋ ਆਪਣੀਆਂ ਕਮੇਟੀਆਂ ਬਣਾਲੀਆਂ ਪਿੰਡਵਾਰ ਤੇ ਦੂਜੇ ਪਾਸੇ ਮਾਨਸਾ ਦੇ ਵਿੱਚ ਪ੍ਰਮੇਂਦਰ ਝੋਟੇ ਦੇ ਹੱਕ ਦੇ ਵਿੱਚ ਇੱਕ ਵੱਡਾ ਧਰਨਾ ਪਿਛਲੇ ਲੰਮੇ ਦਿਨਾਂ ਤੋਂ ਲੱਗਿਆ ਹੋਇਆਗਾ ਅੱਜ 14 ਅਗਸਤ ਦਾ 14 ਅਗਸਤ ਨੂੰ ਬਹੁਤ ਸਾਰੀਆਂ ਚੀਜ਼ਾਂ ਲੋਕ ਕਹਿ ਰਹੇ ਸੀ ਵੀ ਪੰਜਾਬ ਦੇ ਵਿੱਚ ਬਦਲ ਗਈਆਂ ਪਰ ਅੱਜ ਧਰਨੇ ਦੇ ਵਿੱਚ ਜਦੋਂ ਐਸਐਸਪੀ ਮਾਨਸਾ ਨਾਨਕ ਸਿੰਘ ਸਟੇਜ ਦੇ ਉੱਤੇ ਚੜ੍ਹਦੇ ਨੇ ਉਹਨਾਂ ਨੇ ਇਹ ਕਿਹਾ ਵੀ ਸਾਡੇ ਕਾਨੂੰਨ ਨਾਲ ਹੱਥ ਬੰਨੇ ਹੋਏ ਨੇ ਪਰ ਅਸੀਂ ਬਹੁਤ ਕੁਝ ਇਸ ਮਾਮਲੇ ਨੂੰ ਲੈ ਕੇ ਕਰ ਰਹੇ ਹਾਂ ਤੇ ਜਲਦੀ ਆ ਜਿਹੜੇ ਦੋਸ਼ੀ ਉਸ ਲੱਖਾਂ ਦੇ ਪਿੱਛੇ ਹੋਣਗੇ ਤੇ ਇਸ ਮਾਮਲੇ ਨੂੰ ਅਸੀਂ ਨਪਟਾ ਦਾਂਗੇ ਪਰ ਦੂਜੇ ਪਾਸੇ ਜੇ ਅਸੀਂ ਝੋਟੇ ਦੇ ਪਰਿਵਾਰ ਦੀ ਗੱਲ ਕਰਦੇ ਹਾਂ ਉਹਨਾਂ ਦੇ ਪਿਤਾ ਜੀ ਦਾ ਇਹ ਕਹਿਣਾਗਾ ਵੀ ਇਸ ਮਾਮਲੇ ਨੂੰ ਲੈ ਕੇ ਹੀ ਨਹੀਂ ਪਰ ਪੰਜਾਬ ਦੇ ਵਿੱਚੋਂ ਹੀ ਨਸ਼ਾ ਮੁਕਤ ਅਸੀਂ ਕਰਨਾਗਾ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਮੌਜੂਦ ਨੇ ਐਸਐਸਪੀ ਨਾਨਕ ਸਿੰਘ ਅਣਕ ਜੀ ਸਵਾਗਤ ਹੈ ਜੀ ਧੰਨਵਾਦ ਜੀ ਥੈਂਕ ਯੂ ਸਰ ਮੇਰਾ ਪਹਿਲਾ ਸਵਾਲ ਤਾਂ ਇਹੀ ਆ ਤੁਹਾਨੂੰ ਕੀ ਲੱਗਦਾਗਾ ਪਿਛਲੇ ਲੰਮੇ ਦਿਨਾਂ ਤੋਂ ਧਰਨਾ ਚੱਲ ਰਿਹਾ ਹੈਗਾ ਮਾਮਲਾ ਬਹੁਤ ਪੁਰਾਣਾ ਹੈਗਾ ਅੱਜ ਦਾ ਨਹੀਂ ਨਸ਼ਾ ਨਸ਼ਾ ਬਹੁਤ ਪਹਿਲਾਂ ਤੋਂ ਆ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਲੋਕ ਖੜੇ ਕਰ ਰਹੇ ਨੇ ਕੀ ਪੁਲਿਸ ਪ੍ਰਸ਼ਾਸਨ ਵਾਕਈ ਹੀ ਸੰਜੀਦਾ ਹੈਗਾ ਗਾ ਇਸ ਮਾਮਲੇ ਨੂੰ ਲੈ ਕੇ ਕਿ ਨਹੀਂ ਦੇਖੋ ਮੈਂ ਜੇ ਫਿਗਰਵਰਕ ਦੀ ਗੱਲ ਕਰਾਂ ਤਾਂ ਪਿਛਲੇ ਡੇਢ ਮਹੀਨੇ ਦੀ ਫਿਗਰਵਰਕ ਮੈਂ ਤੁਹਾਨੂੰ ਦੱਸਦਾ ਕਿ 100 ਤੋਂ ਜ਼ਿਆਦਾ ਪਰਚੇ ਅਸੀਂ ਦਰਜ ਕੀਤੇ ਨੇ ਜੀ 120 ਤੋਂ ਜ਼ਿਆਦਾ ਤਸਕਰੇ ਦੇ ਵਿੱਚ ਫੜੇ ਨੇ ਕੁਝ ਕਮਰਸ਼ੀਅਲ ਰਿਕਵਰੀਜ਼ ਵੀ ਹੋਈਆਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਦੀ ਜਾਂਚ ਵੀ ਚੱਲ ਰਹੀ ਹੈ ਉਹਨਾਂ ਦੀ ਪ੍ਰਾਪਰਟੀ ਦਾ ਫੋਰਫੀਚਰ ਦਾ ਜਿਹੜਾ ਕੰਮ ਹੈ ਉਹ ਵੀ ਅਸੀਂ ਸ਼ੁਰੂ ਕੀਤਾ ਹੈ ਜੀ 2542 ਪਿੰਡ ਨੇ ਮਾਨਸਾ ਜ਼ਿਲ੍ਹੇ ਦੇ ਉਹਨਾਂ ਚੋਂ ਅਸੀਂ 201 ਪਿੰਡਾਂ ਵਿੱਚ ਲੋਕਾਂ ਨੂੰ ਮਿਲ ਚੁੱਕੇ ਹਾਂ ਉਹਨਾਂ ਦੀਆਂ ਕਮੇਟੀਆਂ ਬਣਵਾ ਚੁੱਕੇ ਹਾਂ ਇੱਕ ਐਂਟੀ ਡਰੱਗ ਹੈਲਪਲਾਈਨ ਨੰਬਰ ਵੀ ਸਾਡੇ ਵੱਲੋਂ ਲਾਂਚ ਕੀਤਾ ਗਿਆ ਜਿਦੇ ਵਿੱਚ ਲੋਕਾਂ ਵੱਲੋਂ ਕਾਫੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਚੰਗਾ ਰਿਸਪਾਂਸ ਮਿਲ ਰਿਹਾ ਸਾਨੂੰ ਉਹਨਾਂ ਦੇ ਕੰਮ ਵੀ ਕੀਤਾ ਗਿਆ ਪਿਛਲੇ 3 ਦਿਨ ਪਹਿਲਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਅਸੀਂ 10 ਗ੍ਰਾਮ ਹੈਰੋਇਨ ਵੀ ਰਿਕਵਰ ਕੀਤੀ ਸੀ ਸੋ ਕਾਫੀ ਪੋਜ਼ਿਟਿਵ ਸਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਜਿਹੜੇ ਐਂਟੀ ਡਰੱਗ ਮੂਵਮੈਂਟ ਹੈ ਉਹ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਮਿਲ ਕੇ ਸਾਡੇ ਨਾਲ ਪੋਜ਼ਿਟਿਵਲੀ ਚੱਲਣ ਤੇ ਅਸੀਂ ਇਸ ਨਸ਼ੇ ਨੂੰ ਖਤਮ ਕਰ ਸਕੀਏ ਵਰ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਜੇ ਅਸੀਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰਦੇ ਆਂ ਛੋਡੇ ਮਾਨਸਾ ਜ਼ਿਲ੍ਹੇ ਦੀ ਕਰਦੇ ਆਂ ਉੱਥੇ ਲੋਕ ਕਮੇਟੀਆਂ ਵਾਲੇ ਕਹਿ ਰਹੇ ਹੈ ਵੀ ਪੁਲਿਸ ਉਸ ਹਸਾਬ ਦੇ ਨਾਲ ਸਾਡੇ ਨਾਲ ਕੋਰਪੋਰੇਟ ਨਹੀਂ ਕਰ ਰਹੀ ਪੁਲਿਸ ਸਾਡੇ ਨਾਲ ਨਹੀਂ ਚੱਲ ਰਹੀ ਤੁਹਾਨੂੰ ਲੱਗਦਾ ਵੀ ਹੈਲਪਲਾਈਨ ਨੰਬਰ ਹੋਣੇ ਚਾਹੀਦੇ ਆ ਉਹੋ ਜਿਹਾ ਸਿਸਟਮ ਹੋਣਾ ਚਾਹੀਦਾ ਵੀ ਪਿੰਡ ਦੇ ਪੰਜ ਬੰਦੇ ਸਿੱਧੇ ਐਸ ਐਚ ਓ ਨਾਲ ਜਾਂ ਏ ਐਸ ਆਈ ਨਾਲ ਸੰਪਰਕ ਕਰਨ ਮਤਲਬ ਇੱਕ ਸਿਸਟਮ ਬਣਾਉਣਾ ਚਾਹੀਦਾ ਉਹ ਸਿਸਟਮ ਨਹੀਂ ਬਣ ਰਿਹਾ ਨਹੀਂ ਉਹ ਸਿਸਟਮ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਹੈਲਪਲਾਈਨ ਨੰਬਰ ਅਸੀਂ ਸ਼ੁਰੂ ਕੀਤਾ ਹੈ ਜੀ ਸੋ ਉਹਨੂੰ ਅਸੀਂ ਐਡਵ ਨਾਲ ਦੇ ਨਾਲ ਕਾਫੀ ਇੱਥੇ ਸ਼ਿਕਾਇਤ ਸੀ ਜਿਹੜੇ ਕੈਮਿਸਟ ਨੇ ਉਹ ਇਹੋ ਜਿਹਾ ਪ੍ਰੋਹੀਬਿਟਡ ਡਰੱਗਸ ਵੇਚਦੇ ਨੇ ਜੀ ਸੋ ਉਹਨਾਂ ਨਾਲ ਵੀ ਸਾਡੀ ਮੀਟਿੰਗ ਹੋਈ ਹੈ ਉਹਨਾਂ ਨਾਲ ਅਸੀਂ ਐਪ ਲਾਂਚ ਕਰਨ ਜਾ ਰਹੇ ਹਾਂ ਅੱਜ ਹੀ ਮੇਰੀ ਮੀਟਿੰਗ ਹੋਈ ਹੈ ਜਿਹਨੇ ਐਪ ਬਣਾਈ ਉਹਦੇ ਨਾਲ ਸੋ ਉਹਦੇ ਵਿੱਚ ਕੀ ਹੋਊਗਾ ਜਦੋਂ ਕੋਈ ਕੈਮਿਸਟ ਕੋਲ ਕੁਝ ਸਮਾਨ ਆਂਦਾ ਬਾਹਰੋਂ ਠੀਕ ਉਹ ਇਨਵੌਇਸ ਦੀ ਫੋਟੋ ਲੱਗੂਗੀ ਜੀ ਜਿਹੜਾ ਸਟਾਕ ਇਨ ਹੋਏਗਾ ਉਹਦੀ ਐਂਟਰੀ ਪਊਗੀ ਕਿ ਜਿਵੇਂ ਮੰਨ ਲਓ ਕੋਈ 2000 ਗੋਲੀਆਂ ਕਿਸੇ ਚੀਜ਼ ਦੀ ਆਈਆਂ ਸੋ ਉਹਦੇ ਵਿੱਚ ਲਿਖੂਗਾ ਕਿ ਸਟਾਕ ਇਨ 2000 ਦੇ ਨਾਲ ਬਿੱਲ ਦੀ ਫੋਟੋ ਅਪਲੋਡ ਕਰੂਗਾ ਜੀ ਨਾਲ ਦੀ ਨਾਲ ਜਦੋਂ ਦੂਜੀ ਵਾਰੀ ਕਿਸੇ ਨੂੰ ਸੇਲ ਕਰਦਾ ਤੇ ਪ੍ਰੈਸਕ੍ਰਿਪਸ਼ਨ ਦੀ ਫੋਟੋ ਲੱਗੂਗੀ ਕਿੰਨੀਆਂ ਉਹਨੇ ਡਰੱਗਸ ਵੇਚੀਆਂ ਵੈਨ ਆਈ ਸੇ ਡਰੱਗਸ ਥੈਟ ਮੀਨਸ ਕਿ ਮੈਡੀਸਿਨਸ ਤੇ ਕਿੰਨੀਆਂ ਉਹਨੇ ਮੈਡੀਸਿਨਸ ਵੇਚੀ ਹੈ ਤੇ ਕਿੰਨੀਆਂ ਉਹਦੇ ਕੋਲ ਪੈਂਡਿੰਗ ਨੇ ਉਹ ਉਹਦੇ ਵਿੱਚ ਐਂਟਰੀ ਪਾਊਗਾ ਸੋ ਇਹ ਲਾਈਵ ਪੋਰਟਲ ਇੱਕ ਚੱਲੇਗਾ ਜਿਹਦੀ ਇੱਕ ਮਾਸਟਰ ਐਕਸੈਸ ਤੁਸੀਂ ਕਹਿ ਸਕਦੇ ਹੋ ਮੇਰੇ ਕੋਲ ਰਹੂਗਾ ਇੱਕ ਮਾਸਟਰ ਐਕਸੈਸ ਡਰਗ ਇੰਸਪੈਕਟਰ ਕੋਲ ਰਹੂਗਾ ਇਹ ਸਿਰਫ ਮਾਨਸਾਲੀ ਹੋ ਜੀ ਹਜੇ ਅਸੀਂ ਮਾਨਸਾਲੀ ਸ਼ੁਰੂ ਕਰ ਰਹੇ ਹਾਂ ਬਿਕੋਜ਼ ਡਿਸਟ੍ਰਿਕਟ ਪੁਲਿਸ ਵੱਲੋਂ ਕੀਤਾ ਜਾ ਰਿਹਾ ਸੋ ਜੇ ਸਕਸੈਸਫੁਲ ਹੁੰਦਾ ਹੈ ਅਸੀਂ ਗਵਰਨਮੈਂਟ ਨਾਲ ਗੱਲ ਕਰਕੇ ਕੋਸ਼ਿਸ਼ ਕਰਾਂਗੇ ਕਿ ਅਸੀਂ 올 ਪੰਜਾਬ ਇਹਨੂੰ ਲਾਂਚ ਕਰੀਏ ਸੋ ਕੇਮਿਸਟ ਵੱਲੋਂ ਵੀ ਕਾਫੀ ਵਧੀਆ ਰਿਸਪੌਂਸ ਹੈ ਉਹ ਥੋੜੇ ਜੇ ਐਪਰੀਹੈਂਸਿਵ ਸੀਗੇ ਸੋ ਉਹਨਾਂ ਨੂੰ ਐਜ਼ ਅ ਸਟੇਕਹੋਲਡਰ ਰੱਖ ਕੇ ਅਸੀਂ 25 ਤਰੀਕ ਨੂੰ ਉਹਨਾਂ ਨੂੰ ਇੱਕ ਸੌਫਟ ਲਾਂਚ ਕਰਾਂ ਉਹ ਯੂਜ਼ ਕਰਨਗੇ ਫਾਰ ਅ ਵੀਕ ਔਰ ਸੋ ਜੇ ਉਹਨਾਂ ਨੂੰ ਲੱਗੇਗਾ ਕਿ ਇਹਦੇ ਵਿੱਚ ਕੋਈ ਕਮੀ ਹੈ ਇਮਪਰੂਵਮੈਂਟ ਕਰਨ ਦੀ ਲੋੜ ਹੈ ਉਹਨੂੰ ਦੁਬਾਰਾ ਅਸੀਂ ਰੀਵੈਂਪ ਕਰਕੇ ਉਹਨੂੰ ਠੀਕ ਕਰਕੇ ਵੀ ਹੋਪ ਕਿ 2 ਜਾਂ 3 ਸੈਪਟੈਂਬਰ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਲਾਂਚ ਕਰ ਦਾਂਗੇ ਜੀ ਜਿਵੇਂ ਅੱਜ ਤਾਇਆ ਦੇਖਿਆ ਤੁਸੀਂ ਸਟੇਜ ਦੇ ਉੱਤੇ ਗਏ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਇਹ ਮਾਮਲਾ ਤੁਹਾਡੇ ਨਾਲ ਸੌਟ ਆਊਟ ਹੋ ਜਾਊਗਾ ਪਰਸਨਲ ਧਰਨਾ ਚੱਕਿਆ ਜਾਊਗਾ ਜਿਵੇਂ ਲੋਕ ਕਹਿ ਰਹੇ ਵੀ ਧਰਨਾ ਸੀ ਨਹੀਂ ਚੱਕਣਾ ਤੁਹਾਨੂੰ ਕੀ ਲੱਗਦਾ ਉਸ ਨੂੰ ਲੈ ਕੇ ਵੀ ਇਸ ਮਾਮਲੇ ਨੂੰ ਝੋਟੇ ਵਾਲੇ ਮਾਮਲੇ ਨੂੰ ਲੈ ਕੇ ਵੀ ਹਜੇ ਕੁਝ ਹੋ ਰਿਹਾ ਪਿੱਛੇ ਕਿ ਨਹੀਂ ਕੁਝ ਹੋ ਰਿਹਾ ਦੇਖੋ ਧਰਨਾ ਇੱਕ ਡੈਮੋਕ੍ਰੈਟਿਕ ਰਾਈਟ ਹੈ ਲੋਕਾਂ ਦਾ ਜੋ ਧਰਨਾ ਲਾ ਰਹੇ ਹੈ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਮੈਂ ਡਿਵਲਪ ਨਹੀਂ ਕਰ ਸਕਦਾ ਕਿ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ ਪਰ ਜਿਵੇਂ ਮੈਂ ਸਟੇਜ ਤੇ ਵੀ ਕਿਹਾ ਸੀ ਕਿ ਕਾਫੀ ਐਡਵਾਂਸ ਸਟੇਜ ਤੇ ਜਿਹੜੇ ਕੁਝ ਇੱਕ ਦੋ ਫੈਮਿਲਿਟੀਆਂ ਨੇ ਕਰਨ ਵਾਲੀਆਂ ਉਹ ਅਸੀਂ ਕਰ ਰਹੇ ਹਾਂ ਸੋ ਉਸ ਤੋਂ ਬਾਅਦ ਜਿਵੇਂ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆਊਗਾ ਅਸੀਂ ਕੋਈ ਨਾ ਕੋਈ ਇਹਦਾ ਪੋਜ਼ਿਟਿਵ ਹੱਲ ਕੱਢਾਂਗੇ ਤਾਨੂੰ ਲੱਗਦਾ ਵੀ ਲੋਕਾਂ ਨੂੰ ਆਪ ਮਹਾਰੇ ਉਹ ਸਾਹਿਬ ਨਾਲ ਨਹੀਂ ਜਿਵੇਂ ਕਮੇਟੀਆਂ ਨਾਲ ਤੁਹਾਡੀ ਗੱਲਬਾਤ ਹੋ ਰਹੀ ਹੈ ਕਿ ਨਹੀਂ ਹੋ ਰਹੀ ਨਹੀਂ ਸਾਡੀ ਕਮੇਟੀਆਂ ਨਾਲ ਗੱਲਬਾਤ ਹੋ ਰਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਇਨਫੋਰਮੇਸ਼ਨ ਫਲੋ ਵੀ ਚੰਗਾ ਹੈ ਲੋਕ ਇਨਫੋਰਮ ਵੀ ਕਰ ਰਹੇ ਨੇ ਦੱਸ ਵੀ ਰਹੇ ਨੇ ਸੋ ਬੜਾ ਪੋਜ਼ਿਟਿਵ ਕਮਾਲ ਹੈ ਲੋਕਾਂ ਦੇ ਵਿੱਚ ਕੇ ਪੁਲਿਸ ਨੂੰ ਜੇ ਅਸੀਂ ਦੱਸਾਂਗੇ ਤੇ ਉਹਦੇ ਤੇ ਕੰਮ ਕੀਤਾ ਜਾਊਗਾ ਅਸੀਂ ਲੋਕਾਂ ਦੀ ਪਛਾਣ ਵੀ ਬਾਹਰ ਨਹੀਂ ਕੱਢਣੀ ਚਾਹੁੰਦੇ ਕਿ ਇਸ ਬੰਦੇ ਨੇ ਸਾਨੂੰ ਇਨਫੋਰਮ ਕੀਤਾ ਬਟ ਉਹਨਾਂ 'ਚੋਂ ਸਾਡੇ 2 ਬੰਦੇ ਨੇ ਜਿਹੜੇ ਅਸੀਂ 15 ਅਗਸਤ ਤੇ ਸਨਮਾਨਿਤ ਵੀ ਕਰ ਰਹੇ ਹਾਂ ਉਹ ਅਸੀਂ ਆਲਦੋ ਨਹੀਂ ਉਹਦੇ 'ਚ ਲਿਖਾਂਗੇ ਕਿ ਉਹਨੇ ਇਸ ਕੰਮ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਬਟ 2 ਬੰਦੇ ਹੈਗੇ ਨੇ ਜਿਨ੍ਹਾਂ ਨੇ ਸਾਡੂੰ ਇਨਫੋਰਮੇਸ਼ਨ ਦਿੱਤੀ ਸੀ ਉਹਦੇ ਕਰਕੇ ਡਰੱਗ ਰਿਕਵਰ ਹੋਏ ਨੇ ਸੋ ਉਹਨਾਂ ਨੂੰ ਅਸੀਂ 15 ਅਗਸਤ ਤੇ ਵੀ ਸਨਮਾਨਿਤ ਕਰਾਂਗੇ 26 ਜਨਵਰੀ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਕੋਈ ਸਾਨੂੰ ਸਹੀ ਇਨਫੋਰਮੇਸ਼ਨ ਦਿੰਦੇ ਆ ਤੇ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜੀ ਆ ਮੇਰਾ ਲਾਸਟ ਵਾਲਾ ਜੀ ਛੋਟੇ ਦੇ ਪਰਿਵਾਰ ਨੇ ਨਿਜੀ ਤੌਰ ਦੇਤੇ ਕਈ ਅਫਸਰਾਂ ਦਾ ਨਾਮ ਲੈ ਕੇ ਖਾਸ ਕਰਕੇ ਐਸਐਚਓ ਦਾ ਐਸਆਈਆਂ ਦਾ ਨਾਮ ਲੈ ਕੇ ਉਹਨਾਂ ਨੇ ਕਿਹਾ ਵੀ ਸਾਡੇ ਮੁੰਡੇ ਨੂੰ ਟਾਰਚਰ ਕੀਤਾ 3 ਡਿਗਰੀ ਕੀਤਾ ਕਰੰਟ ਲਾਇਆਗਾ ਤੇ ਉਹ ਸਿੱਧੇ ਸਿੱਧੇ ਮੈਡੀਕਲ ਵਾਲਿਆਂ ਨਾਲ ਇਨਵੋਲਵ ਬਨੇ ਰਿਸ਼ਵਤ ਲੈਂਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਮੈਂ ਬੜਾ ਕੈਟੇਗੋਰਿਕਲੀ ਕਹਿਣਾ ਚਾਹੁੰਗਾ ਕਿ ਕੋਈ ਟ ਇਹ ਨਹੀਂ ਹੋਇਆ ਕਰੰਟ ਵਗੈਰਾ ਲਾਉਣ ਵਾਲਾ ਨਾ ਸਾਡਾ ਇਨਵੈਸਟੀਗੇਸ਼ਨ ਦਾ ਇਹ ਤਰੀਕਾ ਹੈ ਨਾ ਅਸੀਂ ਇਸ ਤਰੀਕੇ ਨਾਲ ਕਦੀ ਪੁੱਛਗਿੱਛ ਕੀਤੀ ਜਿਹੜੀ ਅਰੈਸਟੋ ਦੀ ਹੋਈ ਹੈ ਅਰੈਸਟੋ 2 ਜਾਂ 3 ਘੰਟੇ ਦੇ ਵਿੱਚ ਵਿੱਚ ਅਸੀਂ ਉਹਨੂੰ ਪੇਸ਼ ਕਰ ਦਿੱਤਾ ਸੀ ਤੇ ਜੁਡੀਸ਼ੀਅਲ ਕੋਰਟ ਨੇ ਭੇਜ ਦਿੱਤਾ ਸੀ ਸੋ ਕੋਈ ਵੀ ਇਹੋ ਜੀ ਗੱਲ ਨਹੀਂ ਕਿ ਕੋਈ ਟਾਰਚਰ ਹੋਇਆ ਹੋਵੇ ਜਾਂ ਕੋਈ 3rd ਡਿਗਰੀ ਹੋਈ ਹੋਵੇ ਇਹ 3rd ਡਿਗਰੀ 4th ਡਿਗਰੀ ਲੋਕਾਂ ਦੀ ਕ੍ਰੀਏਸ਼ਨ ਹੈ ਸਾਡੀ ਕੋਈ ਇਹੋ ਜੀ ਨਾ 1st ਡਿਗਰੀ 2nd ਡਿਗਰੀ 3rd ਡਿਗਰੀ ਕੁਝ ਨਹੀਂ ਹੁੰਦਾ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਇਨਟਰੋਗੇਸ਼ਨ ਉਹਦੇ ਵਿੱਚ ਪੁੱਛਗਿੱਛ ਕਰਦੇ ਆ ਜਿਹੜੇ ਸਾਡੇ ਕੋਲ ਫੈਕਟ ਹੁੰਦੇ ਉਹ ਕਲੀਅਰ ਕਰਦੇ ਜੀ ਤੇ ਜਿਹੜੇ ਉਹ ਲਾ ਰਹੇ ਆ ਵੀ ਰਿਸ਼ਵਤ ਖੋਰੀ ਚੱਲਦੀ ਆ ਮੈਡੀਕਲ ਵਾਲਿਆਂ ਨਾਲ ਪੁਲਿਸ ਵਾਲੇ ਮਿਲੇ ਵਾ ਉਸ ਨੂੰ ਲੈ ਕੇ ਤੁਸੀਂ ਬੈਕ ਐਂਡ ਤੇ ਕਰ ਰਿਹਾ ਤੁਹਾਡਾ ਡਿਪਾਰਟਮੈਂਟ ਜਾਂ ਸੀਆਈਡੀ ਕੁਝ ਕਰ ਰਹੀ ਹੈ ਵਰਕ ਵੀ ਹਾਂ ਵੀ ਜੇ ਆਪਣਾ ਬੰਦਾ ਕੋਈ ਇਦਾਂ ਦਾ ਕੰਮ ਕਰ ਰਿਹਾ ਬਦਨਾਮ ਕਰ ਰਿਹਾ ਸਾਰੀ ਪੁਲਿਸ ਮਹਿਕਮੇ ਨੂੰ ਤੇ ਉੱਤੇ ਜੀ ਕਾਰਵਾਈ ਕਰਾਂਗੇ ਵੇਖੋ ਜਦੋਂ ਵੀ ਸਾਡੇ ਕੋਲ ਕੋਈ ਵੀ ਕੰਪਲੇਂਟ ਆਉਂਦੀ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਾਡੇ ਆਪਣੇ ਖਿਲਾਫ ਹੋਵੇ ਆਪਣੇ ਮਤਲਬ ਮੈਂਬਰ ਦੇ ਖ ਜਾਂ ਕਿਸੇ ਕਾਮਨ ਪਬਲਿਕ ਦੇ ਖਿਲਾਫ ਹੋਵੇ ਅਸੀਂ ਉਹਦੇ ਤੇ ਕਾਰਵਾਈ ਕਰਦੇ ਹਾਂ ਜਿਹੜੀ ਕਾਨੂੰਨ ਦੇ ਮੁਤਾਬਕ ਬਣਦੀ ਹੈ ਸੋ ਜੇ ਇੱਥੋਂ ਇਹੋ ਜੀ ਕੋਈ ਕੰਪਲੇਂਟ ਦਿੰਦੇ ਆ ਸਾਨੂੰ ਰਿਟਰਨ ਤੇ ਉਹਦੇ ਤੇ ਵੀ ਅਸੀਂ ਕਾਰਵਾਈ ਕਰਾਂਗੇ ਨੋਬਡੀ ਇਜ਼ ਅਬਵ ਲਾਅ ਜਿਹੜਾ ਕੋਈ ਲਾਅ ਦੇ ਬਾਹਰ ਜਾ ਕੇ ਗਲਤ ਕੰਮ ਕਰੂਗਾ ਉਹਨੂੰ ਹੀ ਹੈਵ ਟੂ ਫੇਸ ਦ ਕਨਸੀਕਵੈਂਸਸ ਜੀ ਤੁਸੀਂ ਸੇਜ ਤੇ ਗਏ ਸੀ ਹੁਣ ਲੋਕਾਂ ਹੁਣ 20 ਕਮਿਟੀ ਹੋਇਆ ਸਾਨੂੰ ਉੱਥੋਂ ਆਇਆ ਨੂੰ ਲੋਕਾਂ ਦੇ ਵਿੱਚ ਇੱਕ ਸਰਪੋਸਰ ਚੱਲ ਰਹੀ ਸੀ ਵੀ ਕੀ ਐਸਐਸਪੀ ਸਾਹਿਬ ਧਰਨਾ ਚਕਾਉਣ ਖਾਤਰ ਆਏ ਸੀ ਕਿ ਲੋਕਾਂ ਨੂੰ ਸੈਟੀਸਫਾਈ ਕਰਨ ਨਹੀਂ ਮੈਂ ਉੱਥੇ ਗਿਆ ਸੀਗਾ ਤਾਂ ਕਿ ਮੈਂ ਲੋਕਾਂ ਨੂੰ ਦੱਸ ਸਕਾਂ ਕਿ ਕੀ ਇਨਵੈਸਟੀਗੇਸ਼ਨ ਦਾ ਹਜੇ ਤੱਕ ਪ੍ਰੋਗਰੈਸ ਹੈ ਜੀ ਤੇ ਕੀ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਜੀ ਧੰਨਵਾਦੀ ਸੋ ਇਹ ਸੀ ਐਸਐਸਪੀ ਨਾਨਕ ਸਿੰਘ ਐਸਐਸਪੀ ਮਾਨਸਾ ਸੋ ਇਹਨਾਂ ਨੇ ਆਪਣਾ ਇੱਕ ਪੱਖ ਰੱਖਿਆ ਹੈਗਾ ਜਿਵੇਂ ਇਹ ਕਰ ਰਹੇ ਨੇ ਇਹ ਕਹਿ ਰਹੇ ਆ ਵੀ ਸਾਰਾ ਕੁਝ ਕਾਨੂੰਨੀ ਤਰੀਕੇ ਦੇ ਨਾਲ ਹੋ ਰਿਹਾ ਤੇ ਜਿੱਥੋਂ ਤੱਕ ਗੱਲ ਰਹੀ ਥਰਡ ਡਿਗਰੀ ਦੀ ਥਰਡ ਡਿਗਰੀ ਇਹਨਾਂ ਦੇ ਮਤਲਬ ਮੁਕ ਵੀ ਭਵਿੰਦਰ ਸਿੰਘ ਛੋਟੇ ਦੇ ਉੱਤੇ ਨਹੀਂ ਇਸਤੇਮਾਲ ਹੋਈ ਅੱਗੇ ਫਿਰ ਬਣੇ ਰਹਾਂਗੇ ਇਸ ਮਾਮਲੇ ਦੇ ਨਾਲ ਆਪਣੇ ਦੋਸਤ ਰਤਨਦੀਪ ਸਿੰਘ 49 ਗੱਲ ਨੂੰ ਜ਼ਿਆਦਾ ਦੇਖਦੇ ਰਹੋ ਟਾਕ ਵਿਦ ਰ